ਇੱਦਾਂ ਹੋਈ ਹੈ ਕਿ ਉਹਨਾਂ ਨੇ ਸਾਨੂੰ ਆਈ ਕਿਹਾ ਸਾਡੀ ਪੋਲਿਸੀ ਜਿਹੜੀ ਤੋੜੋ, ਅਤੇ ਉਹਨਾਂ ਸਾਨੂੰ ਇਹ ਕਿਹਾ ਕਿ ਸਾਡੀ ਡੀਸੀ ਨਾਲ ਤੁਹਾਡੀ ਗੱਲਬਾਤ ਕਰਾ ਦਿੰਦੇ ਹਾਂ, 5 ਮਿੰਟ ਤੁਹਾਡੀ ਮੀਟਿੰਗ ਹੈ ਉੱਥੇ 3:30 ਵਜੇ, ਤੁਸੀਂ ਜਾਓ ਤੁਹਾਡੇ ਨਾਲ ਗੱਲਬਾਤ ਕਰੋ। ਅਤੇ ਮੈਂ ਕਿਹਾ ਠੀਕ ਹੈ ਜੀ, ਅਸੀਂ ਜਾ ਕੇ ਜੇ ਸਾਡੀ ਕੁਛ ਮੰਨਦੇ ਆ ਠੀਕ ਹੈ, ਸਾਨੂੰ ਕੋਈ ਦੱਸਦੇ ਆ ਸਾਡੇ ਵੱਲੋਂ ਠੀਕ ਹੈ, ਨਹੀਂ ਤਾਂ ਅਸੀਂ ਉੱਥੋਂ ਵਾਪਸ ਆ ਕੇ ਸਾਡਾ ਸੰਘਰਸ਼ ਜਿਹੜਾ ਉੱਦਾਂ ਦਾ ਉੱਦਾਂ ਹੀ ਰਹੇਗਾ ਇੱਥੇ, ਔਰ ਅਸੀਂ ਆਪਣਾ ਕਾਰਵਾਈ ਕੀ ਅਸੀਂ ਕਰਾਂਗੇ ਜੀ, ਅਸੀਂ ਆਪਣਾ ਫਿਰ ਜੋ ਅਸੀਂ ਸਲਫਾ ਖਾ ਕੇ ਇਹਦੇ ਸਾਹਮਣੇ ਇੱਥੇ ਆਤਮ ਹੱਤਿਆ ਕਰਾਂਗੇ, ਔਰ ਸਾਨੂੰ ਇਨਸਾਫ਼ ਨਹੀਂ ਦੇ ਰਹੇ। ਅਤੇ ਜਿੰਦਾ ਦੇਖਿਆ ਵੀ ਅੰਦਰ ਕੋਈ ਗਹਿਮਾ ਗਹਿਮੇ ਵੀ ਤੁਹਾਡੇ ਹੋਈ ਹੈ SDM ਸਾਹਿਬ ਨਾਲ, ਕੀ ਗੱਲਬਾਤ ਹੋਈ ਅੰਦਰ? ਦੇਖੋ ਜੀ, ਸਾਡੇ ਉੱਥੇ ਅਸੀਂ ਬੈਠੇ ਉਹਨਾਂ ਨਾਲ ਗੱਲਬਾਤ ਹੋਈ ਸੀ, ਸਾਡਾ 85 ਸਾਲ ਦਾ ਇੱਕ ਬੁੱਢਾ ਸੀ, ਉਹਨਾਂ ਨੂੰ ਉਹਨਾਂ ਨਾਲ ਬਦਤਮੀਜ਼ੀ ਨਾਲ ਉਹ ਕਹਿਣ ਲੱਗਿਆ ਸੀ ਤੈਨੂੰ ਚਪੇੜਾ ਮਾਰ ਕੇ ADC ਨੇ ਵੀ ਤੈਨੂੰ ਜੁੱਤੀ ਨਾਲ ਇੱਦਾਂ ਕਰ ਦਿਆਂਗੇ। ਅਸੀਂ ਸਾਡੀ ਤਾਂ ਗਰਮੋ ਗਰਮ ਹੋਈ ਕਿ ਹੱਥ ਲਾ ਕੇ ਦੱਸੋ ਜੀ ਤੁਸੀਂ ਕੌਣ ਸੀਗਾ ADC, ਪਤਾ ਕੁਛ ਦਾ ਨਾਂ ਕੀ ਸੀਗਾ? ਨਾ ਜੀ, ਨਾ ਨਹੀਂ ਗਾ ਸਰ ਪਤਾ, ਸਾਨੂੰ ਅੰਦਰ ਹੀ ਬੈਠੇ ਨੇ ਜੀ, ਅਤੇ ਸਾਡੀ ਇਸ ਕਰਕੇ ਉਹਨਾਂ ਨਾਲ ਵੈਸੋ ਵੈਸੀ ਹੋਈ ਹੈ ਕਿ ਤੁਸੀਂ ਸਿੱਧੇ ਆਪਣੇ ਜ਼ੋਰ ਦੱਸ ਰਹੇ ਹੋ ਸਾਨੂੰ, ਮਾਰ ਕੇ ਦੱਸੋ ਸਾਨੂੰ ਜੀ। ਸਰ ਤੁਹਾਡੀ ਗੱਲ ਮੁੱਕੀ ਅੰਦਰ ਜਿਹੜੀ ਵੀ ਹੈਗੀ ਸੀ ਤੁਹਾਡੀ? ਸਾਡੀ ਗੱਲ ਹਾਲੇ ਕੋਈ ਨਹੀਂ ਮੁੱਕੀ ਸਰ, ਸਾਡੀ ਗੱਲ ਚੱਲ ਰਹੀ ਹੈ ਕਿ ਸਾਡੇ ਜਿਹੜਾ ਪੋਲਿਸੀ ਹੈ ਜਿਹੜੀ ਉਹ ਸਾਡੀ ਤੋੜ ਕੇ ਅਤੇ ਸਾਡੇ ਬੰਦਿਆਂ ਨੂੰ ਇਨਸਾਫ ਦਿੱਤਾ ਜਾਵੇ, ਸਾਡੀ ਕੋਈ ਗੱਲ ਨਹੀਂ ਮੁੱਕੀ ਸਰ। ਕਿੰਨੇ ਬੰਦੇ ਨਜਾਇਜ਼ ਖੋਜਦੇ ਹੈਗੇ? ਬੰਦੇ 50 ਬੰਦੇ ਨਜਾਇਜ਼ ਖੋਜਦੇ ਜੀ, ਜਿਨ੍ਹਾਂ ਦੀ ਕੋਈ ਜ਼ਮੀਨ ਨਹੀਂ ਹੈ, ਕੋਈ ਉੱਥੇ ਕੋਈ ਕੁਛ ਨਹੀਂ ਹੈ ਉਹਨਾਂ ਦਾ, ਔਰ ਇੱਦਾਂ ਰਖਾਏ ਦੇ ਨੇ, ਔਰ ਧਾਰ SDM ਸਾਡੇ ਨੇ ਉਹ ਸਾਰਾ ਉਹਨਾਂ ਦੀ ਇਨਕੁਆਇਰੀ ਕਰਕੇ ਉਹ ਪੂਰਾ ਪਰੂਫ ਕਰਕੇ ਇਹਨਾਂ ਦੇ ਹਵਾਲੇ ਦਿੱਤਾ, ਉਹ ਉੱਥੇ ਚੰਡੀਗੜ੍ਹ ਭੇਜੀ ਹੈ, ਚੰਡੀਗੜ੍ਹ ਤੋਂ ਇੱਥੇ ਇਹਨਾਂ ਕੋਲ ਆਇਆ, ਉੱਥੇ ਫਾਇਲ 'ਤੇ ਨਾ ਕੋਈ ਵੀ ਉਹਦੇ ਬਾਰੇ ਐਕਸ਼ਨ ਨਹੀਂ ਲੈ ਕਰਦੇ ਸਰ। ਤੁਹਾਡੇ ਕਿੰਨੇ ਬੰਦੇ ਨੇ ਜਿਨ੍ਹਾਂ ਨੇ ਨੌਕਰੀਆਂ ਰੱਖਣੀਆਂ ਜੀ? ਬੰਦੇ ਸਾਡੇ ਸਰ ਕੋਈ 70 ਕੁ ਬੰਦੇ ਹੈਗੇ ਜੀ। ਸਾਡੀ ਇੱਥੇ ਚੀਫ ਨਾਲ ਮੀਟਿੰਗ ਹੋਈ ਸੀ, ਅਤੇ ਮੀਟਿੰਗ ਦੇ ਵਿੱਚ ਜਿਹੜਾ ਮੇਨ ਨਤੀਜਾ ਸੀ, ਕੋਈ ਨਤੀਜਾ ਨਹੀਂ ਨਿਕਲਿਆ ਮੀਟਿੰਗ ਦੇ ਵਿੱਚ, ਇਹ ਸਾਨੂੰ ਮਿੱਠੀ ਗੋਲੀ ਦੇ ਰਿਹਾ। ਆਪਾਂ ਤਾਂ ਇੱਕੋ ਹੀ ਮੰਗ ਕੀਤੀ ਸੀ, ਜਿਹੜੇ ਗਲਤ ਬੰਦੇ ਆ ਉਹਨਾਂ ਨੂੰ ਬਾਹਰ ਕੱਢਿਆ ਜਾਵੇ, ਜੇ ਤੁਸੀਂ ਪੋਲਸੀ ਨਹੀਂ ਤੋੜ ਸਕਦੇ, ਜਿਹੜੇ ਗਲਤ ਬੰਦੇ ਆ 50 ਬੰਦੇ ਗਲਤ 1 ਹੈ, ਔਰ 70 ਬੰਦੇ ਗਲਤ 1 ਹੈ ਜਿਹੜੀ ਸ਼ਾਮ ਰਾਤ ਜਗ੍ਹਾ 'ਤੇ ਨੌਕਰੀ ਕਰ ਰਹੇ ਹੈ, ਅਤੇ ਅੱਜ ਸਾਡੇ ਅੰਦਰ ਵੀ ਵੈਸੋ ਵੈਸੋ ਹੋਈ ਹੈ, ਇਹ ਆਪਣੇ ਅਫਸਰ ਬਚਾ ਰਹੇ ਆ। ਆਪਾਂ ਚਾਹੁੰਦੇ ਹਾਂ ਕਿ ਜਿਹੜੇ ਅਫਸਰ ਇਹਦੇ ਵਿੱਚ ਰਲੇ ਹੋਏ ਆ ਉਹਨਾਂ 'ਤੇ ਪਰਚਾ ਦਰਜ ਹੋਣਾ ਚਾਹੀਦਾ ਹੈ, ਅਤੇ ਅੱਜ ਵੀ ਸਾਡੇ ਅੰਦਰ ਜਿਹੜੀ ਗੱਲਬਾਤ ਹੋਈ ਹੈ, ਅਤੇ ADC ਸਾਹਿਬ ਨੇ ਜਿਹੜਾ ਸਾਡਾ 75 ਸਾਲ ਦਾ ਬਜ਼ੁਰਗ ਸੀ, 1-2 ਵਾਰੀ ਟੈਂਕੀ ਦੇ ਵਿੱਚ ਚੜਿਆ ਸੀ, ਅਤੇ ਤੀਜੀ ਵਾਰੀ ਨਾ ਅੰਦਰ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਹਿਲੇ ਉਹਨੂੰ ADC ਸਾਹਿਬ ਨੇ ਬੋਲਿਆ ਮੈਂ ਤੇਰੇ ਮੂੰਹ 'ਤੇ ਜੁੱਤੀ ਮਾਰਾਂਗਾ, ਇਹ ਗੱਲ ਦਾ ਸਾਨੂੰ ਰੋਸ ਹੈ, ਅਤੇ ਸਾਨੂੰ ਇਸ ਗੱਲ 'ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਅਤੇ ਦੂਜਾ, ਜੇ ਪ੍ਰਸ਼ਾਸਨ ਜਿਹੜੇ 50 ਬੰਦਿਆਂ ਬਾਹਰ ਨਹੀਂ ਕੱਢੇ ਗਏ, ਤਾਂ ਅੱਜ ਆਪਾਂ ਇੱਥੇ ਸਲਫਾਸ ਖਾ ਗਏ ਤਾਂ ਆਤਮ ਹੱਤਿਆ ਕਰਾਂਗੇ। ਆਪਾਂ ਫੁੱਲ ਤਿਆਰੀਆਂ ਵਿੱਚ ਅੱਜ ਘਰੋਂ ਆਏ ਹਾਂ, ਜਾਂ ਸਾਡੀਆਂ ਲਾਸ਼ਾਂ ਜਾਣਗੀਆਂ ਤਾਂ ਜਾਂ ਫਿਰ ਇਹ ਅਫਸਰ ਅੰਦਰ ਹੋਣਗੇ, ਅਤੇ ਸਾਨੂੰ ਮਿੱਠੀ ਗੋਲੀ ਦੇ ਰਿਹਾ ਕਿ ਤੁਹਾਡੀ ਮੈਂ DC ਨਾਲ ਮੀਟਿੰਗ ਕਰਾਵਾਂ। ਸਾਨੂੰ 5 DC 6 DC ਆ ਗਿਆ, ਆਪਾਂ ਕੀ DC ਨਾਲ ਮੀਟਿੰਗ ਕਰਨੀ ਹੈ? ਅਤੇ DC ਵੀ ਸਾਨੂੰ ਮਿੱਠੀ ਗੋਲੀ ਦੇਣੀ, ਸਾਨੂੰ ਪਤਾ ਆਪਾਂ ਕੋਈ DC ਕੋਲ ਨਹੀਂ ਜਾਣਾ, ਅਤੇ ਜੋ ਵੀ ਸਾਨੂੰ ਹੋਏਗਾ ਜਿੱਥੇ ਹੋਏਗਾ ਜੋ ਕੁਛ ਹੋਏਗਾ। ਇਸ ਵਿੱਚ ਇਸ ਤਰ੍ਹਾਂ ਜੀ, ਦਿਆਲ ਸਿੰਘ ਦੀ ਪ੍ਰਧਾਨਗੀ ਜਿਹੜੀ ਇਹਨਾਂ ਦੀ 11 ਮੈਂਬਰੀ ਸੰਘਰਸ਼ ਕਮੇਟੀ ਹੈ, ਇਹ ਪਿਛਲੇ 2-2.5 ਸਾਲ ਤੋਂ ਆਪਣਾ ਸੰਘਰਸ਼ ਜਿਹੜਾ ਕਰ ਰਹੀ ਹੈ। ਇਹ ਪਹਿਲੇ ਇਹ DC ਸਾਹਿਬ ਨੂੰ ਵੀ ਇਹਨਾਂ ਨੇ ਕਈ ਵਾਰ ਮਿਲੇ, SDM ਧਾਰ ਨੂੰ ਵੀ ਮਿਲੇ ਕਈ ਵਾਰ, ਆਪਣੀਆਂ ਮੰਗਾਂ ਪੇਸ਼ ਕਰਦੇ ਰਹੇ ਨੇ। ਅਤੇ ਉਸ ਉਪਰੰਤ ਇਹਨਾਂ ਨੂੰ ਇਹ ਤਾਂ ਪਤਾ ਵੀ ਅਸੀਂ ਪੋਲਿਸੀ ਦੇ ਵਿੱਚ ਕਵਰ ਨਹੀਂ ਹੁੰਦੇ, ਜਿਹੜੀ ਸਰਕਾਰ ਦੀ ਪੋਲਿਸੀ ਹੈ ਉਹਦੇ ਵਿੱਚ ਇਹ ਇੰਪਲਾਇਮੈਂਟ ਮੰਗ ਰਹੇ ਨੇ। ਕੰਪਨਸੇਸ਼ਨ ਤਾਂ ਅਸੀਂ ਇਹਨਾਂ ਨੂੰ ਦਿੱਤੀ ਹੋਈ ਹੈ, ਜਿਹੜੀ ਇਹਨਾਂ ਦੀ ਲੈਂਡ ਅਕੁਆਇਰ ਕੀਤੀ ਸੀ ਸ਼ਬ ਗੰਡੀ ਡੈਮ ਪ੍ਰੋਜੈਕਟ ਲਈ। ਇਹਨਾਂ ਦੀ ਮੁੱਖ ਮੰਗ ਸੀਗੀ ਵੀ ਸਾਨੂੰ ਵੀ ਇੰਪਲਾਇਮੈਂਟ ਦਿੱਤੀ ਜਾਵੇ ਜਿਹੜੇ ਬਾਕੀਆਂ ਨੂੰ ਦਿੱਤੀ ਹੈ। ਅਤੇ ਬਾਅਦ ਵਿੱਚ ਜਦੋਂ ਇਹਨਾਂ ਨੇ ਪੋਲਿਸੀ ਨੂੰ ਪੂਰਾ ਇਹਨਾਂ ਨੂੰ ਦੱਸਿਆ ਗਿਆ, ਅਤੇ ਇਹਨਾਂ ਨੂੰ ਪਤਾ ਲੱਗਾ ਵੀ ਅਸੀਂ ਪੋਲਿਸੀ 'ਚ ਕਵਰ ਨਹੀਂ ਹੁੰਦੇ। ਹੁਣ ਇਹਨਾਂ ਦੀ ਜਿਹੜੀ ਮੰਗ ਜਿਹੜੀ ਹੈ ਆਪਣੀ, ਉਸ ਮੰਗ ਨੂੰ ਹਟ ਕੇ ਉਹ ਹੁਣ ਦੂਸਰੇ ਪਾਸੇ ਤੁਰ ਪਏ ਨੇ ਵੀ ਜਿਹਨੇ ਡੈਮੋਸਟ੍ਰੀਜ਼ ਨੂੰ ਨੌਕਰੀਆਂ ਮਿਲੀਆਂ ਨੇ, ਕੁਛ ਕੁ ਇਹਨਾਂ ਨੇ ਪੁਆਇੰਟ ਆਊਟ ਕੀਤੇ ਨੇ ਵੀ ਉਹਨਾਂ ਨੂੰ ਗਲਤ ਤਰੀਕੇ ਨਾਲ ਮਿਲੀਆਂ ਨੇ। ਉਸ ਦੇ ਵਿੱਚ ਇਹਨਾਂ ਨੇ ਫਿਰ DC ਸਾਹਿਬ ਨੂੰ ਵੀ ਆਪਣੀਆਂ ਰਿਪ੍ਰਜੈਂਟੇਸ਼ਨ ਦਿੱਤੀਆਂ ਸੀ। DC ਸਾਹਿਬ ਨੇ ਫਿਰ SDM ਧਾਰ ਦੀ ਪ੍ਰਧਾਨਗੀ ਹੇਠ ਇੱਕ ਕਿਹਾ ਸੀ, SDM ਧਾਰ ਨੂੰ ਕਿਹਾ ਸੀ ਵੀ ਤੁਸੀਂ ਆਪਣੀ ਇਹਦੀ ਇਨਕੁਆਇਰੀ ਕਰੋ ਅਤੇ ਰਿਪੋਰਟ ਦਿਓ। ਉਹ ਰਿਪੋਰਟ SDM ਧਾਰ ਨੇ DC ਸਾਹਿਬ ਨੂੰ ਸਬਮਿਟ ਕਰਤੀ ਸੀ, DC ਸਾਹਿਬ ਨੇ ਗੌਰਮੈਂਟ ਨੂੰ ਭੇਜ ਦਿੱਤੀ ਸੀਗੀ। ਗੌਰਮੈਂਟ ਵੱਲੋਂ ਫਿਰ ਸਾਡਾ ਜਿਹੜਾ ਵਿਜੀਲੈਂਸ ਡਿਪਾਰਟਮੈਂਟ ਹੈ ਇੰਟਰਨਲ, ਉਹਨਾਂ ਤੋਂ ਵੀ ਉਹਨਾਂ ਨੇ ਟਿੱਪਣੀ ਲੈ ਲਈ ਸੀਗੀ। ਉਹਨਾਂ ਨੇ ਕੋਈ ਪਰਿਵਾਰ ਦੀ ਪਰਿਭਾਸ਼ਾ ਬਾਰੇ ਉਹਨਾਂ ਨੇ ਕਿਹਾ ਸੀ ਵੀ ਇਹਦੇ 'ਚ ਐਕਸਪਲੇਨ ਕਰਨਾ ਬਣਦਾ। ਅਤੇ ਉਸ ਤੋਂ ਬਾਅਦ ਫਿਰ ਜਿਹੜੀ ਰਿਪੋਰਟ ਸੀਗੀ ਉਹ ਮੁੱਖ ਇੰਜੀਨੀਅਰ ਰਣਜੀਤ ਸਾਗਰ ਡੈਮ ਦੇ ਦਫ਼ਤਰ ਮੇਰੇ ਕੋਲ ਭੇਜੀ ਗਈ ਸਰਕਾਰ ਵੱਲੋਂ ਵੀ ਇਹਦੇ 'ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਉਹਦੇ 'ਚ ਜਿਹੜਾ ਸੰਬੰਧਿਤ ਚੇਅਰਮੈਨ ਸੀ SC ਸਾਡੇ ਡੈਮ ਸਰਕਲ ਸ਼ਾਹਪੁਰਕੰਡੀ, ਮੈਂ ਉਹਨਾਂ ਨੂੰ ਭੇਜੀ ਸੀ ਟਿੱਪਣੀ ਲੈਣ ਲਈ। ਉਹਨਾਂ ਵੱਲੋਂ ਟਿੱਪਣੀ ਮੇਰੇ ਕੋਲ ਪ੍ਰਾਪਤ ਹੋ ਗਈ ਸੀਗੀ। ਫਿਰ ਮੈਨੂੰ ਇਹ ਲੱਗਾ ਵੀ ਮੈਂ ਜਿਨ੍ਹਾਂ ਨੇ ਜਿਹੜੀ ਚੇਅਰ 'ਤੇ ਜਿਹੜੇ DC ਆਪਣੇ ਚੇਅਰਮੈਨ ਸੀਗੇ SC, ਉਹਨਾਂ ਵੱਲੋਂ ਹੀ ਨੌਕਰੀਆਂ ਦਿੱਤੀਆਂ ਗਈਆਂ, ਅਤੇ ਮੈਂ ਇਹਦੀ ਇੰਡੀਪੈਂਡੈਂਟ ਵੀ ਇਹਨੂੰ ਕੋਕ ਕਰਵਾ ਲਵਾਂ। ਫਿਰ ਮੈਂ ਇੱਕ ਇੰਡੀਪੈਂਡੈਂਟ ਸਾਡੇ SC ਰਣਜੀਤ ਸਾਗਰ ਡੈਮ ਦੇ ਨੇ, ਉਹਨਾਂ ਨੂੰ ਭੇਜੀ ਸੀਗੀ ਰਿਪੋਰਟ ਵੀ ਤੁਸੀਂ ਆਪਣੀ ਸੁਤੰਤਰ ਤੌਰ 'ਤੇ ਟਿੱਪਣੀ ਦਿਓ। ਉਹਨਾਂ ਦੀ ਟਿੱਪਣੀ ਵੀ ਆ ਗਈ ਸੀਗੀ,
ਹਫ਼ਤਾ ਪਹਿਲੇ 19 ਤਰੀਕ ਨੂੰ ਸੰਘਰਸ਼ ਕਮੇਟੀ ਵਾਲੇ ਆਏ ਸੀਗੇ, ਉਦੋਂ ਵੀ ਇਹਨਾਂ ਨੇ ਕਾਫ਼ੀ ਮਤਲਬ ਪ੍ਰੋਟੈਸਟ ਕੀਤਾ। ਮੈਂ ਅਸੀਂ ਇਹਨਾਂ ਦੀ ਗੱਲ ਜਾਏ ਤਾਂ ਕਾਫ਼ੀ ਦੇਰ ਤੋਂ ਇਹਨਾਂ ਦੀ ਮੰਗ ਜਿਹੜੀ ਪੈਂਡਿੰਗ ਪਈ ਹੈ ਵੀ ਜਿਹੜੇ ਗਲਤ ਤਰੀਕੇ ਨਾਲ ਨੌਕਰੀਆਂ ਦਿੱਤੀਆਂ ਇਹਨਾਂ ਨੂੰ ਕੱਢਿਆ ਜਾਵੇ। ਜੋ ਇਹਨਾਂ ਦਾ ਪੱਖ ਹੈ ਵੀ ਉਹ ਗਲਤ ਤਰੀਕੇ ਨਾਲ ਦਿੱਤੀਆਂ ਗਈਆਂ, ਅਤੇ ਉਹ ਜਿਹੜੀ SDM ਸਾਹਿਬ ਦੀ ਰਿਪੋਰਟ ਹੈ ਉਹ ਮੈਂ ਸਟੱਡੀ ਕਰ ਲਈ ਹੈ ਪਿਛਲੇ, ਅਸੀਂ ਈਵਨ ਕੱਲ੍ਹ ਵੀ ਅਸੀਂ ਛੁੱਟੀ ਦੇ ਬਾਵਜੂਦ ਮੈਂ ਸਾਰੇ ਅਫਸਰਾਂ ਨਾਲ 6-7 ਘੰਟੇ ਲਗਾਤਾਰ ਮੀਟਿੰਗ ਕਰਦਾ ਰਿਹਾ। ਉਸ ਤੋਂ ਬਾਅਦ DC ਸਾਹਿਬ ਨਾਲ ਵੀ 2.5 ਘੰਟੇ ਅਸੀਂ ਲਗਾਤਾਰ ਮੀਟਿੰਗ ਕੀਤੀ ਹੈ। ਉਹਦੇ ਵਿੱਚ ਮੈਂ ਹੁਣ ਅੱਜ ਮੈਂ ਰਿਪੋਰਟ ਕੱਲ੍ਹ ਹੀ ਭੇਜਣੀ ਚਾਹੁੰਦਾ ਸੀ, ਫਿਰ ਮੈਂ ਸੋਚਿਆ ਵੀ ਅੱਜ ਇਹਨਾਂ ਨੇ ਕਿਉਂਕਿ ਟਾਈਮ ਲਿਆ ਹੈ ਮੇਰੇ ਤੋਂ, ਅਤੇ ਇਹਨਾਂ ਦਾ ਵੀ ਪੱਖ ਸੁਣ ਕੇ ਅਤੇ ਫਿਰ ਮੈਂ ਰਿਪੋਰਟ ਅੱਜ ਸ਼ਾਮ ਨੂੰ ਭੇਜ ਦਿਆਂਗਾ। ਉਹ ਇਹਨਾਂ ਦੀ ਇੱਕ ਮੰਗ ਇਹ ਸੀ ਵੀ ਜਿਹੜੇ ਤੁਸੀਂ ਰੱਖੇ ਨੇ ਗਲਤ ਤਰੀਕੇ ਨਾਲ, ਜਿਹੜੀ ਇਹਨਾਂ ਦੀ ਪੱਖ ਹੈਗਾ ਉਹਦੇ ਹਿਸਾਬ ਨਾਲ, ਅਤੇ ਉਹਦੇ 'ਤੇ ਮੈਂ ਰਿਪੋਰਟ ਭੇਜ ਦੇਵਾਂਗਾ। ਸਰਕਾਰ ਇਹਦੇ 'ਤੇ ਗੰਭੀਰਤਾ ਨਾਲ ਵਿਚਾਰ ਕਰੇਗੀ। ਮੈਂ ਵੀ ਪਰਸਨਲੀ ਰਿਕੁਐਸਟ ਕਰਾਂਗਾ ਸਰਕਾਰ ਉੱਥੇ ਜਾ ਕੇ ਪ੍ਰਿੰਸੀਪਲ ਸੈਕਟਰੀ ਸਾਹਿਬ ਨੂੰ, ਅਤੇ ਜੋ ਵੀ ਉਹਦੇ 'ਤੇ ਬਣਦੀ ਕਾਰਵਾਈ ਸਰਕਾਰ ਵੱਲੋਂ ਕੀਤੀ ਜਾਏਗੀ। ਇੱਕ ਮੰਗ ਤਾਂ ਇਹ, ਇਸ ਤੋਂ ਬਾਅਦ ਕਈ ਕਈ ਵਾਰ ਨਾ ਉਹ ਬੜੇ ਫਲਿਕਰਿੰਗ ਮਾਈਂਡ ਨਾਲ ਗੱਲ ਕਰਦੇ ਨੇ, ਕਈ ਵਾਰ ਕਹਿ ਦਿੰਦੇ ਨੇ ਜਿਹੜੀ SDM ਸਾਹਿਬ ਨੇ ਜਿਹੜੀ ਇਨਕੁਆਇਰੀ ਕੀਤੀ ਸੀ, ਉਹਨਾਂ ਦੀ ਇੱਕ ਮੁੱਖ ਮੰਗ ਇਹ ਵੀ ਸੀ ਵੀ ਜਿਹੜੀ ਪਹਿਲੇ ਸਬ ਕਮੇਟੀ ਬਣਾਈ ਗਈ ਸੀ ਜਿਹਨੇ ਕੋਈ ਕੱਟ ਆਫ ਡੇਟ ਚੇਂਜ ਕੀਤੀ ਸੀ ਸ਼ਾਹਪੁਰਕੰਡੀ ਡੈਮ ਪ੍ਰੋਜੈਕਟ ਲਈ, ਉਹਦੇ 'ਚ ਉਹਨਾਂ ਦੀ ਮੰਗ ਸੀ ਵੀ ਸਾਨੂੰ ਇਹ ਸੁਣਿਆ ਨਹੀਂ ਗਿਆ ਕਦੀ, ਉਸ ਰਿਕਾਰਡਡ ਹੈ ਉਸ ਰਿਪੋਰਟ ਦੇ ਵਿੱਚ SDM ਸਾਹਿਬ ਵਾਲੀ 'ਚ ਵੀ ਇਹਨਾਂ ਦੇ ਪੱਖ ਨੂੰ ਕਦੀ ਸੁਣਿਆ ਨਹੀਂ ਗਿਆ। ਹੁਣ ਲੱਕੀਲੀ 2 ਦਿਨ ਪਹਿਲੇ ਸਾਡੇ ਕੋਲ ਇੱਕ ਚਿੱਠੀ DC ਸਾਹਿਬ ਵੱਲੋਂ ਪ੍ਰਾਪਤ ਹੋਈ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਬਈ ਮੈਂ ਪੋਲਿਸੀ ਨੂੰ ਰਿਵਿਊ ਕਰ ਰਿਹਾ। ਉਹ ਮੇਰੀ DC ਸਾਹਿਬ ਨਾਲ ਵੀ ਗੱਲ ਹੋਈ, ਉਹ ਕਹਿੰਦੇ ਸਾਨੂੰ ਰੈਫਰੈਂਸ ਸਰਕਾਰ ਵੱਲੋਂ ਆਇਆ ਅਤੇ ਅਸੀਂ ਇਹਨੂੰ ਰਿਵਿਊ ਕਰ ਰਹੇ ਹਾਂ। ਅਤੇ ਮੈਂ ਅੱਜ ਇਹਨਾਂ ਨੂੰ ਸਾਰੀਆਂ ਗੱਲਾਂ ਵੀ ਸੁਣੀਆਂ, ਇਹਨਾਂ ਨੂੰ ਦੱਸਿਆ ਵੀ ਜਿਹੜੀ ਤੁਹਾਡੀ ਮੰਗ ਸੀਗੀ ਉਹ ਪੋਜ਼ਿਟਿਵ ਹੁਣ ਡਾਇਰੈਕਸ਼ਨ 'ਚ ਚੱਲ ਪਈ ਹੈ, ਕੋਈ ਨਾ ਕੋਈ ਇਹਦਾ ਹੱਲ ਜ਼ਰੂਰ ਨਿਕਲੇਗਾ। ਅਤੇ ਉਹਦੇ ਵਿੱਚ ਉਹ ਥੋੜ੍ਹਾ ਜਿਹਾ ਕਨਵਿੰਸ ਨਹੀਂ ਸੀ ਹੋ ਰਹੇ, ਅਤੇ ਫਿਰ ਉਹ 6 ਤਰੀਕ ਨੂੰ ਅਸੀਂ DC ਸਾਹਿਬ ਨੇ ਮੀਟਿੰਗ ਰੱਖੀ ਹੈ ਜਿਹਦੇ 'ਚ ਮੇਰੇ ਨੁਮਾਇੰਦੇ ਸਾਰੇ ਜਾਣਗੇ, ਪਰ ਉਹ ਕਹਿੰਦੇ ਸੀ ਨਹੀਂ ਜੀ ਸਾਨੂੰ ਅੱਜ ਹੀ DC ਸਾਹਿਬ ਨੂੰ ਮਿਲਾਓ। ਸਰ ਜਿਹੜੇ 50 ਬੰਦੇ ਜਿਹੜੇ SDM ਧਾਰ ਨੇ ਜਿਹੜੀ ਰਿਪੋਰਟ ਦਿੱਤੀ ਸੀ ਵੀ ਉਹ ਗਲਤ ਰੱਖੇ ਗਏ ਨੇ, ਕੀ ਕਾਰਵਾਈ ਹੈਗੀ ਉਹਨਾਂ ਦੇ ਉੱਪਰ? ਉਹਦੇ ਵਿੱਚ ਦੇਖੋ ਇਹ ਕੌਨਫੀਡੈਂਸ਼ੀਅਲ ਰਿਪੋਰਟ ਹੈ, ਜੋ ਸਰਕਾਰ ਨੇ ਟਿੱਪਣੀ ਮੰਗੀ ਹੈ ਉਹ ਮੈਂ ਅੱਜ ਸ਼ਾਮ ਨੂੰ ਭੇਜ ਦੇਵਾਂਗਾ। ਉਸ ਤੋਂ ਬਾਅਦ ਮੰਗੀ ਹੈ ਉਹ ਮੈਂ ਅੱਜ ਸ਼ਾਮ ਨੂੰ ਭੇਜ ਦੇਵਾਂਗਾ। ਉਸ ਤੋਂ ਬਾਅਦ ਸਰਕਾਰ ਨੇ ਫੈਸਲਾ ਲੈਣਾ, ਉਹਦੇ ਵਿੱਚ ਜਦੋਂ ਸਰਕਾਰ ਫੈਸਲਾ ਲਏਗੀ ਤਾਂ ਤੁਹਾਨੂੰ ਦੱਸ ਦਿੱਤਾ ਜਾਏਗਾ, ਉਦੋਂ ਤੱਕ ਮੈਂ ਇਸ ਦੇ ਬਾਰੇ ਕੁਛ ਨਹੀਂ ਕਹਿ ਸਕਦਾ। ਸਰ 50 ਬੰਦੇ ਰੱਖੇ ਤਾਂ ਗਏ ਨੇ ਜਿਹੜੇ? ਦੇਖੋ ਬੰਦੇ 50 ਨਹੀਂ ਰੱਖੇ ਗਏ, ਬੰਦੇ ਕਾਫ਼ੀ ਰੱਖੇ ਗਏ ਨੇ, ਜਿਹੜੇ ਐਲੀਜੀਬਲ ਬੰਦੇ ਸੀ ਉਹ ਰੱਖੇ ਗਏ ਨੇ। ਉਹਨਾਂ ਵਿੱਚ ਕੁਐਸਚਨ ਆਏ ਸੀਗੇ ਵੀ ਜਿਹੜੇ ਇਹਨਾਂ ਵੱਲੋਂ ਵੀ ਕੁਐਸਚਨ ਰੇਜ਼ ਕੀਤੇ ਗਏ ਸੀ ਸੰਘਰਸ਼ ਕਮੇਟੀ ਵੱਲੋਂ, SDM ਸਾਹਿਬ ਵੱਲੋਂ ਵੀ ਜਿਹੜੇ ਨੇ ਉਹਦੇ ਇਸ਼ੂਜ਼ ਰੇਜ਼ ਕੀਤੇ ਨਾ ਰਿਪੋਰਟ ਵਿੱਚ, ਉਹ ਫੈਕਟਸ ਨੇ ਅਤੇ ਰਿਕਾਰਡਡ ਨੇ, ਰਿਕਾਰਡ 'ਚ ਹੈਗਾ ਰਿਪੋਰਟ, ਅਤੇ ਉਹਦੇ 'ਤੇ ਮੈਂ ਵੀ ਆਪਣੀ ਟਿੱਪਣੀ ਦਿੱਤੀ ਹੈ। ਉਹਦੇ 'ਤੇ ਮੈਂ ਹੁਣ ਸਪੈਸੀਫਿਕਲੀ ਇੱਥੇ ਕੁਛ ਨਹੀਂ ਕਹਿ ਸਕਦਾ ਕਿਉਂਕਿ ਅਲਟੀਮੇਟ ਗੌਰਮੈਂਟ ਨੇ ਡਿਸੀਜਨ ਲੈਣਾ, ਸਰਕਾਰ ਨੇ, ਤਾਂ ਉਹ ਸਰਕਾਰ ਦਾ ਜਦੋਂ ਡਿਸੀਜਨ ਹੋ ਜਾਏਗਾ ਅਸੀਂ ਤੁਹਾਨੂੰ ਕਨਵੇ ਕਰ ਦਾਂਗੇ। ਬਾਕੀ ਮੈਂ ਇਹ ਜ਼ਰੂਰ ਆਸ ਦਵਾਉਣਾ ਚਾਹੁੰਦਾ ਜਿਹੜੇ ਸੰਘਰਸ਼ ਕਮੇਟੀ ਦੇ ਪ੍ਰਧਾਨ ਨੇ ਦਿਆਲ ਸਿੰਘ ਜੀ ਵੀ ਉਹਨਾਂ ਨਾਲ ਇਨਸਾਫ਼ ਹੋਏਗਾ, ਕਿਸੇ ਨਾਲ ਧੱਕਾ ਨਹੀਂ ਹੋਏਗਾ, ਜੇ ਕੋਈ ਨਜਾਇਜ਼ ਰੱਖਿਆ ਗਿਆ ਤਾਂ ਉਹਨੂੰ ਕੱਢਿਆ ਜਾਏਗਾ। ਸਿਰਫ ਟਾਈਮ ਇੱਕ ਚੀਜ਼ ਹੈਗੀ ਜਿਹੜੀ ਤੁਸੀਂ ਟਾਈਮ ਮੰਗਦੇ ਹਾਂ, ਕਿਉਂਕਿ ਹਰ ਇੱਕ ਚੀਜ਼ DC ਸਾਹਿਬ ਨੇ ਜਿਹੜੇ ਸਾਡੇ ਉਹਨਾਂ ਨੇ ਵੀ ਕੱਲ੍ਹ ਮੈਨੂੰ ਇਹ ਕਿਹਾ ਸੀ ਵੀ ਮੈਂ ਕਿਉਂਕਿ ਨਵਾਂ ਜੁਆਇਨ ਕੀਤਾ ਮੈਂ ਪੋਲਸੀ ਨੂੰ ਰਿਵਿਊ ਕਰਨਾ, ਮੈਂ ਟਾਈਮ ਤਾਂ ਮੈਨੂੰ ਚਾਹੀਦਾ ਹੀ ਹੈ ਕਿਉਂਕਿ ਇੰਨੇ ਪੁਰਾਣੇ ਕੇਸ ਨੇ ਰਣਜੀਤ ਸਾਗਰ ਡੈਮ ਦੇ ਵੀ ਅਤੇ ਸ਼ਾਹਪੁਰਕੰਡੀ ਦੇ, ਅਤੇ ਮੈਨੂੰ ਟਾਈਮ ਚਾਹੀਦਾ। ਬਲਕਿ ਇਹਨਾਂ ਦੀ ਜਦ ਡਿਮਾਂਡ 'ਚ ਵੀ ਅਸੀਂ ਹੁਣ ਟਾਈਮ ਨਹੀਂ ਜ਼ਿਆਦਾ ਦੇ ਸਕਦੇ, ਅਤੇ ਉਹਦੇ ਲਈ ਮੈਂ ਹੀ ਇਹਨਾਂ ਨੂੰ ਰਿਕੁਐਸਟ ਕੀਤੀ ਵੀ ਹੁਣ ਆਪਾਂ ਸਹੀ ਟਰੈਕ 'ਤੇ ਆ ਗਏ ਹਾਂ, ਸਰਕਾਰ ਵੱਲੋਂ ਰੈਫਰੈਂਸ ਆ ਗਿਆ, DC ਸਾਹਿਬ ਨੇ ਲੈਟਰ ਲਿਖਤੀ ਵੀ ਪੋਲਸੀ ਰਿਵਿਊ ਕਰ ਰਹੇ ਹਾਂ। ਇਹ ਇੱਕ ਮੇਜਰ ਸਟੈਪ ਹੈ ਜਿਹੜਾ ਕਿ ਅੱਜ ਤੱਕ ਪਹਿਲੇ ਕਦੀ ਨਹੀਂ ਹੋਇਆ, ਅਤੇ ਇਹਨੂੰ ਇਹਨਾਂ ਨੂੰ ਯਕੀਨ ਕਰਨਾ ਚਾਹੀਦਾ ਅਤੇ ਕੋਈ ਸਮਾਂ ਦੇਣਾ ਚਾਹੀਦਾ। DC ਸਾਹਿਬ ਨੂੰ ਵੀ DC ਸਾਹਿਬ ਦੇਖਣਗੇ, ਅਸੀਂ ਵੀ ਪੱਖ ਰੱਖਾਂਗੇ, ਅਤੇ ਕੁਛ ਨਾ ਕੁਛ ਇਸ ਚੀਜ਼ ਦਾ ਹੱਲ ਨਿਕਲੇਗਾ। ਜਿਹੜਾ ਪ੍ਰਧਾਨ ਦਿਆਲ ਸਿੰਘ ਹੈ ਉਹਨਾਂ ਕੋਲ ਕੁਝ ਡਾਕੂਮੈਂਟ ਨੇ ਜਿਨ੍ਹਾਂ ਦੇ ਤਹਿਤ ਉਹ ਕਹਿੰਦੇ ਨੇ ਕਿ ਇਹਨਾਂ ਵਿੱਚੋਂ 50 ਬੰਦੇ ਨੇ ਜਿਨ੍ਹਾਂ ਦੀ ਜ਼ਮੀਨ ਮਰਲਾ ਵੀ ਨਹੀਂ ਪਰ ਉਹਨਾਂ ਨੂੰ ਨੌਕਰੀ ਮਿਲੀ ਦੀ ਹੈ, ਉਹਦੇ 'ਤੇ ਕੀ ਕਹਿਣਾ ਸਰ ਤੁਹਾਡਾ? ਉਹ ਡਾਕੂਮੈਂਟ ਕਿਆ ਵੈਲਿਡ ਨਹੀਂ ਹੈ? ਦੇਖੋ ਮੈਂ ਜਿਹੜੀ ਗੱਲ ਕਹਿ ਰਿਹਾ ਵੀ ਇਹਦੇ 'ਤੇ ਮੈਂ ਸਪੈਸੀਫਿਕਲੀ ਕੋਈ ਤੁਹਾਨੂੰ ਇਹ ਨਹੀਂ ਦੇ ਸਕਦਾ ਵੀ ਉਹ ਕੀ ਠੀਕ ਰੱਖੇ ਗਏ ਗਲਤ ਰੱਖੇ ਗਏ, ਪਰ ਮੈਨੂੰ ਜੇ ਮੈਂ ਉਹ ਰਿਪੋਰਟ ਨੂੰ ਪੜ੍ਹਿਆ ਉਹਦੇ ਹਿਸਾਬ ਨਾਲ ਮੈਨੂੰ ਲੱਗਦਾ ਵੀ 4-4 ਮਰਲੇ ਜਿੱਦਾਂ ਇੱਕ ਫਾਦਰ ਸੀਗਾ ਅਤੇ ਜਦੋਂ ਕੱਟ ਆਫ ਡੇਟ ਚੇਂਜ ਕੀਤੀ ਹੈ ਤਾਂ ਉਸ ਫਾਦਰ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਹੁਣ ਸਾਡੀ ਵੀ ਜ਼ਮੀਨ ਅਕੁਆਇਰ ਕਰਨੀ ਹੈ, ਤਾਂ ਉਹਨੇ ਇੱਕ ਦਿਨ 'ਚ ਹੀ 4-4 ਮਰਲੇ ਆਪਣੇ ਬੱਚਿਆਂ ਦੇ ਨਾਂ 'ਤੇ ਕਰਾ ਦਿੱਤੀ। ਉਹਦੇ 'ਚ ਮਤਲਬ ਉਹ ਪੋਲਿਸੀ ਜਿਹੜੀ ਡੇਟ ਆਫ ਕੱਟ ਆਫ ਡੇਟ ਚੇਂਜ ਕੀਤੀ ਹੈ ਉਹਦਾ ਮਤਲਬ ਉਹ ਹੁਣ ਉਹਨਾਂ ਨੇ ਕਰਾ ਕੇ ਅਤੇ ਆਪਣੇ ਇੰਡੀਪੈਂਡੈਂਟ ਉਹ ਮਾਲਕ ਬਣ ਗਏ ਅਤੇ ਉਹ ਪੋਲਸੀ ਦੇ ਵਿੱਚ ਕਵਰ ਹੋ ਗਏ ਜੀ। ਉਹਦੇ ਬਾਰੇ ਸਰਕਾਰ ਫੈਸਲਾ ਲਏਗੀ ਵੀ ਉਹਦੇ 'ਤੇ ਕੀ ਕਾਰਵਾਈ ਕਰਨੀ, ਉਹਦੇ ਮੈਂ ਕੁਛ ਨਹੀਂ ਕਹਿ ਸਕਦਾ। ਇੱਕ ਸਵਾਲ ਆਖਰੀ ਹੈ ਸਰ ਕਿ ਬੜੇ ਲੰਬੇ ਚਿਰ ਤੋਂ ਦੀ ਮੰਗ ਚੱਲ ਰਹੀ ਹੈ ਔਰ ਹਰ ਵਾਰ ਇਹਨਾਂ ਨੂੰ ਕੋਈ ਨਾ ਕੋਈ ਨਵਾਂ ਦੱਸਿਆ ਜਾਂਦਾ ਕਿ ਇਸ ਵਾਰੀ
ਫਿਰ ਇਸ ਤਰ੍ਹਾਂ ਕਿਤੇ ਟਾਲ ਮਟੋਲ ਤਾਂ ਨਹੀਂ ਚੱਲ ਰਹੀ ਜੀ ਇਸ ਵਾਰ ਵੀ ਇੱਦਾਂ ਦਾ ਟਾਈਮ ਦੇ ਕੇ ਟਾਈਮ ਕਢਾਇਆ ਜਾ ਜਾਂਦਾ? ਬਿਲਕੁਲ ਠੀਕ ਗੱਲ ਹੈ ਜੀ, ਜੋ ਮੈਂ ਵੀ ਫੀਲ ਕੀਤਾ ਨਾ ਵੀ ਇਹ ਬਿਲੀਵ ਨਹੀਂ ਕਰ ਰਹੇ, ਇਹ ਟਰੱਸਟ ਨਹੀਂ ਕਰ ਰਹੇ ਸਾਡੇ 'ਤੇ। ਮੈਂ ਵੀ ਪਤਾ ਨਹੀਂ ਪਹਿਲੇ ਇਹ ਪ੍ਰੋਸੈਸ ਕਿੰਨਾ ਲੰਬਾ ਕਿਉਂ ਹੋ ਗਿਆ, ਬਟ ਹੁਣ ਜਦ DC ਸਾਹਿਬ ਨੇ ਇੱਕ ਚਿੱਠੀ ਕੱਢ ਦਿੱਤੀ ਵੀ ਮੈਂ ਪੋਲਿਸੀ ਨੂੰ ਰਿਵਿਊ ਕਰ ਰਿਹਾ, ਇਹ ਪਹਿਲੀ ਵਾਰ ਹੋ ਰਿਹਾ ਅਤੇ ਉਹਨਾਂ ਨੂੰ ਮੰਨਣਾ ਚਾਹੀਦਾ ਇਮੀਜੀਏਟ ਉਹਨਾਂ ਕੋਲ ਜਾ ਕੇ, ਜਦਕਿ ਇਹਨਾਂ ਨੇ STM ਦੀ ਰਿਪੋਰਟ 'ਚ ਰਿਕਾਰਡਡ ਹੈ, ਇਹ ਕਹਿੰਦੇ ਜੀ ਸਾਡਾ ਪੱਖ ਨਹੀਂ ਕਦੀ ਸੁਣਿਆ ਗਿਆ ਪ੍ਰਸ਼ਾਸਨ ਵੱਲੋਂ। ਅਤੇ ਜੇ ਹੁਣ ਉਹਨਾਂ ਨੇ DC ਸਾਹਿਬ ਨੇ ਇੰਸ਼ੋਰੈਂਸ ਦੇ ਦਿੱਤੀ ਹੈ ਵੀ ਮੈਂ ਇਹਨਾਂ ਦਾ ਪੱਖ ਸੁਣੂੰਗਾ, 6 ਤਰੀਕ ਨੂੰ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਮੈਂ ਵੈਲ ਕਨਵਰਸੈਂਟ ਹੋ ਜਾਵਾਂ ਕੇਸ ਨਾਲ, ਫਿਰ ਮੈਂ ਇਹਨਾਂ ਨੂੰ ਬੁਲਾ ਕੇ ਇਹਨਾਂ ਦਾ ਜਿਹੜਾ ਪੱਖ ਸੁਣੂੰਗਾ, ਅਤੇ ਜੋ ਵੀ ਬੰਦਾ ਯੋਗ ਜਿਹੜਾ ਜੋ ਜਾਇਜ਼ ਫੈਸਲਾ ਹੋਏਗਾ ਮੈਂ ਉਹੀ ਕਰੂੰਗਾ ਜੀ। ਅਤੇ ਇਹਦੇ ਵਿੱਚ ਇਹਨਾਂ ਨੂੰ ਵੀ ਟਾਈਮ ਦੇਣਾ ਚਾਹੀਦਾ, ਹੁਣ ਮਤਲਬ 2.5 ਸਾਲ ਨੂੰ ਭੁੱਲ ਜਾਣਾ ਚਾਹੀਦਾ ਜਾਂ ਪਿਛਲੇ ਜਿੰਨੇ ਵੀ ਸਾਲਾਂ 'ਚ ਇਹਨਾਂ ਨੇ ਇਹ ਸੰਘਰਸ਼ ਕੀਤਾ, ਹੁਣ ਇਹ ਪੋਜ਼ਿਟਿਵ ਟਰੈਕ 'ਤੇ ਆ ਗਈ ਹੈ ਜਿਹੜੀ ਆਪਣੀ ਇਹਨਾਂ ਦੀ ਗੱਲ ਹੈਗੀ ਹੈ। ਅਤੇ ਮੈਂ ਤਾਂ ਆਸ ਕਰਦਾ ਹਾਂ ਵੀ ਜਲਦੀ ਕੋਈ ਨਾ ਕੋਈ ਹੱਲ ਨਿਕਲੇਗਾ। ਸਰ ਕਿੰਨੀ ਕੁ ਦੇਰ 'ਚ ਤੁਹਾਨੂੰ ਲੱਗਦਾ ਕਿ ਹੋ ਜਾਏ, ਕਿਉਂਕਿ ਟਾਲ ਮਟੋਲ ਤਾਂ ਬੜੀ ਦੇਰ ਤੋਂ ਚੱਲ ਰਹੀ ਹੈ? ਜੀ ਲੈ ਕੇ ਚੱਲੀਏ ਕਿ 1 ਮਹੀਨੇ ਦੇ ਵਿੱਚ ਵਿੱਚ ਇਹ ਸੋਲਟ ਆਊਟ ਹੋ ਜਾਏਗਾ, ਜਾਂ 2 ਮਹੀਨੇ ਜਾਂ 6 ਮਹੀਨੇ? ਦੇਖੋ ਇਹ ਜਿਹੜੀ ਪੋਲਿਸੀ ਦੇ ਮਸਲੇ ਹੁੰਦੇ ਨੇ ਇਹ ਪ੍ਰਸ਼ਾਸਨ ਵੱਲੋਂ, ਸਰਕਾਰ ਵੱਲੋਂ ਜਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ DC ਸਾਹਿਬ ਵੱਲੋਂ ਰਿਵਿਊ ਕੀਤੇ ਜਾਣੇ ਨੇ। ਉਹਦੇ ਵਿੱਚ ਅਸੀਂ ਉਹਦੀ ਸਾਡੀ ਨੁਮਾਇੰਦਗੀ ਹੁੰਦੀ ਹੈ, ਅਸੀਂ ਇਨਪੁੱਟ ਦਿੰਦੇ ਹਾਂ, ਪਰ ਡਿਸੀਜ਼ਨ ਉਹਨਾਂ ਨਹੀਂ ਦੇਣੇ ਇਸ ਬਾਰੇ, DC ਸਾਹਿਬ ਦੱਸ ਸਕਦੇ ਨੇ। ਬਟ ਮੈਂ ਇੰਨਾ ਜ਼ਰੂਰ ਕਹਾਂਗਾ DC ਸਾਹਿਬ ਨੇ ਅੱਜ ਆਪਣੇ STM ਧਾਰ ਨੂੰ ਇੱਥੇ ਭੇਜਿਆ ਸੀ, ਉਹਨਾਂ ਨੇ ਆਪਣੇ ਵੱਲੋਂ ਆਊਟ ਆਫ ਦੀ ਵੇ ਜਾ ਕੇ ਉਹਨਾਂ ਇੰਸ਼ੋਰੈਂਸ ਦਵਾ ਦਿੱਤੀ ਵੀ ਮੈਂ 6 ਤਰੀਕ ਤੋਂ ਬਾਅਦ ਜਲਦੀ ਹੀ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਜਲਦੀ ਬੁਲਾ ਕੇ ਇਹਨਾਂ ਦਾ ਜਲਦੀ ਰਿਪੋਰਟ ਤਿਆਰ ਕਰਕੇ ਭੇਜ ਦਾਂਗੇ, ਪਰਸਨਲੀ ਜਾ ਕੇ ਅਤੇ ਪ੍ਰਸ਼ੂ ਕਰਾ ਕੇ ਵੀ ਕਰਾਵਾਂਗੇ। ਇਸ ਤੋਂ ਵੱਧ ਇੰਸ਼ੋਰੈਂਸ ਅੱਜ ਤੱਕ ਨਾ ਕਦੀ ਦਿੱਤੀ ਗਈ ਉਹਨਾਂ ਨੂੰ, ADC ਸਾਹਿਬ ਵੱਲੋਂ ਵੀ ਦਿੱਤੀ ਗਈ, STM ਧਾਰ ਵੱਲੋਂ ਵੀ। ਅਤੇ ਮੇਰੇ ਹਿਸਾਬ ਨਾਲ ਇਹਨਾਂ ਨੂੰ ਮੰਨ ਲੈਣੀ ਚਾਹੀਦੀ ਉਹਨਾਂ ਦੀ ਗੱਲ, ਅਤੇ ਪੋਜ਼ਿਟਿਵ ਡਾਇਰੈਕਸ਼ਨ 'ਚ ਗੱਲ ਜਾ ਰਹੀ ਹੈ, ਕੋਈ ਨਾ ਕੋਈ ਇਸ ਚੀਜ਼ ਦਾ ਹੱਲ ਨਿਕਲੇਗਾ। ਸਰ ਇਹ ਤਾਂ ਕਲੀਅਰ ਸੀਗਾ ਕਿ ਇਹਨਾਂ ਦੀ ਜ਼ਮੀਨਾਂ ਜਿਹੜੀਆਂ ਇਹਦੇ ਵਿੱਚ ਬਿਰਾਜ ਦੇ ਵਿੱਚ ਆਈਦੀਆਂ ਹੈਗੀਆਂ। ਜੀ ਔਰ ਸਰਕਾਰ ਦੀ ਪਾਲਿਸੀ ਵੀ ਸੀਗੀ ਨੌਕਰੀਆਂ ਵੀ ਇਹਨਾਂ ਨੂੰ ਦੇਣੀਆਂ ਹੈ। ਦੇਖੋ ਇੱਕ ਜਿਹੜੀ ਨੌਕਰੀ ਹੈ ਨਾ ਜੀ, ਇੱਕ ਸਪੈਸ਼ਲ ਪੈਕੇਜ ਹੈ, ਜਿਹੜੀ ਕੰਪਨਸੇਸ਼ਨ ਹੈ ਉਹ ਤਾਂ ਅਸੀਂ ਸਾਰਿਆਂ ਨੂੰ ਦੇਣੀ ਦੇਣੀ ਹੈ ਜੀ, ਇਹਨਾਂ ਨੂੰ ਵੀ ਮਿਲੀ ਹੈ ਜੀ। ਇਹਨਾਂ ਦੀ ਜਿਹੜੀ ਜਗ੍ਹਾ ਸੀਗੀ ਜ਼ਿਆਦਾ ਸੀਗੀ, ਉਹਦੇ ਵਿੱਚ ਨੋ ਡਾਊਟ ਇਹਨਾਂ ਦੀ, ਜੇ ਆਪਣੇ ਹਿਸਾਬ ਨਾਲ ਦੇਖਦੇ ਨੇ ਵੀ ਮੇਰੀ ਜਗ੍ਹਾ ਤਾਂ ਜ਼ਿਆਦਾ ਅਕੁਆਇਰ ਹੋ ਗਈ ਸਰ, ਕਿ ਮੈਨੂੰ ਤੁਸੀਂ ਜੋਬ ਨਹੀਂ ਦਿੱਤੀ, ਕਿਸੇ ਬੰਦੇ ਦੀ 4 ਮਰਲੇ ਹੋ ਗਈ ਅਤੇ ਉਹਨੂੰ ਤੁਸੀਂ ਜੋਬ ਦੇ ਦਿੱਤੀ, ਕਿਉਂਕਿ 4 ਮਰਲੇ ਵਾਲੇ ਦੀ ਸਾਰੀ ਜਗ੍ਹਾ ਹੀ ਅਕੁਆਇਰ ਹੋ ਗਈ, ਉਹਦੀ ਲਾਈਵਲੀਹੁੱਡ ਖਤਮ ਹੋ ਗਈ, ਉਹਨੂੰ ਤਾਂ ਜੋਬ ਅਸੀਂ ਦੇਣੀ ਸੀਗੀ। ਬਟ ਇਹ ਇਹਨਾਂ ਦਾ ਇਹੀ ਪੱਖ ਹੈਗਾ ਵੀ ਸਾਡੀ ਜਗ੍ਹਾ ਜ਼ਿਆਦਾ ਅਕੁਆਇਰ ਹੋ ਗਈ ਪਰ ਸਾਨੂੰ ਜੋਬ ਨਹੀਂ ਮਿਲੀ। ਹੁਣ ਸਰਕਾਰ ਦੀ ਪੋਲਿਸੀ ਹੈ, ਸਰਕਾਰ ਦੀ ਪੋਲਿਸੀ ਦੇ 3 ਪੈਰਾਮੀਟਰ ਦੇ ਨੇ, ਉਹਦਾ 3 ਪੈਰਾਮੀਟਰ 'ਚ ਕਵਰ ਨਹੀਂ ਹੁੰਦੇ, ਇਸ ਲਈ ਹੁਣ ਜਿਹੜੀ ਹੈਗੀ ਆ ਉਹ DC ਸਾਹਿਬ ਜੇ ਪੋਲਿਸੀ ਨੂੰ ਰਿਵਿਊ ਕਰਦੇ ਨੇ, ਮੈਂ ਆਸ ਕਰਦਾ ਵੀ ਇਸ ਪੱਖ ਨੂੰ ਵੀ ਉਹ ਵਾਚਣਗੇ, ਜੇ ਕੁਛ ਹੱਲ ਨਿਕਲਦਾ ਹੈ ਤਾਂ ਜ਼ਰੂਰ ਕੱਢਣਗੇ। ਇਹੀ ਮੈਂ ਇਹਨਾਂ ਨੂੰ ਅਰਜ਼ੀ ਕੀਤੀ ਸੀ ਕਿ ਤੁਸੀਂ ਜਾ ਕੇ ਉਹਨਾਂ ਆਪਣਾ ਪੱਖ ਉਹਨਾਂ ਅੱਗੇ ਪੇਸ਼ ਕਰੋ, ਅਤੇ ਜੇ ਉਹ ਕੁਛ ਹੱਲ ਲੱਭਦਾ ਹੈ ਤਾਂ ਜ਼ਰੂਰ ਲੱਭਣਗੇ। DC ਸਾਹਿਬ ਬੜੇ ਪੋਜ਼ਿਟਿਵ ਮਾਇੰਡ ਨਾਲ ਉਹਨਾਂ ਨੇ ਸਾਡੀ ਵੀ ਗੱਲ ਸੁਣੀ,